ਦੱਸਣਾ ਚਾਹੁੰਦੇ ਹਾਂ ਸੈਂਟਰ ਦੀ ਮੋਦੀ ਸਰਕਾਰ ਨੂੰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿ ਨੌਜਵਾਨੀ ਤੇ ਜਿਹੜਾ ਵਾ ਬਹੁਤ ਵੱਡਾ ਹਮਲਾ ਜਿਹੜਾ ਤੁਸੀਂ ਕਰ ਰਹੇ ਜੇ, ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਆਮ ਲੋਕਾਂ ਦੇ, ਉਹਨਾਂ ਨੂੰ ਤੁਸੀਂ ਜਿਹੜਾ ਵਾ ਭੜਕਾਉਣ ਕਰਕੇ, ਲੋਕਾਂ ਦਾ ਧਿਆਨ ਡਿਵਰਟ ਕਰਨ ਦਾ ਕਰਕੇ ਜਿਹੜਾ ਵਾ ਤੁਸੀਂ ਇਹੋ ਜਿਹੇ ਕੰਮ ਜਿਹੜੇ ਕਰ ਰਹੇ ਜੇ, ਨੌਜਵਾਨੀ ਤੇ ਹਮਲਾ ਵਾ। ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਭਾਨੇ ਸਿੱਧੂ ਦੀ, ਕਿਉਂਕਿ ਉਹ ਵੀ ਇੱਕ ਨੌਜਵਾਨ ਆ, ਬਿਨਾਂ ਕਸੂਰ ਤੋਂ ਜੇਲ੍ਹਾਂ ਦੇ ਵਿੱਚ ਉਹਨੂੰ ਸੁੱਟ ਦਿੱਤਾ ਗਿਆ। ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਜਿਹੜੀ ਆ ਨਿਖੇਧੀ ਕਰਦੇ ਹਾਂ, ਆਟਾ ਪੁਤਲਾ ਜਿਹੜਾ ਵਾ ਫੂਕ ਰਹੇ ਹਾਂ। ਲਓ ਜੀ, ਲੋਕ ਏਕਤਾ ਜਿੰਦਾਬਾਦ। ਪੰਜਾਬ ਭਰ ਦੇ ਵਿੱਚ ਜਿਹੜਾ ਵਾ ਟੋਲ ਜਿਹੜੇ ਆ ਬੰਦ ਕੀਤੇ ਸੀ, ਅਤੇ ਉਸਮਾ ਟੋਲ ਦੇ ਉੱਤੇ ਜਿਹੜੇ ਅੱਜ ਜੋ ਅਸੀਂ ਭਾਜਪਾ ਤੇ RSS ਦੇ ਜੋ ਗੁੰਡੇ ਆ ਜਿਨ੍ਹਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਦੇ ਉੱਤੇ 29 ਜਨਵਰੀ 2021 ਦੇ ਵਿੱਚ ਪ੍ਰਦੀਪ ਖੱਤਰੀ ਅਤੇ ਅਮਨ ਡਵਾਸ ਵੱਲੋਂ, ਇਹਨਾਂ ਭਾਜਪਾ ਤੇ RSS ਦੇ ਗੁੰਡਿਆਂ ਵੱਲੋਂ ਜਿਹੜਾ ਵਾ ਸਾਡੀਆਂ ਮਾਤਾਵਾਂ ਭੈਣਾਂ ਤੇ ਕਿਸਾਨਾਂ ਮਜ਼ਦੂਰਾਂ ਤੇ ਸ਼ਾਂਤਮਈ ਜਿਹੜੇ ਧਰਨਾ ਦੇ ਰਹੇ ਸੀ ਉਹਨਾਂ ਉੱਤੇ ਆਣ ਕੇ ਤਸ਼ੱਦਦ ਕਰਤਾ, ਹਮਲਾ ਬੋਲਤਾ। ਕਿਉਂਕਿ 4 ਨਾਕੇ ਜਿਹੜੇ ਸਾਡੇ ਪੁਲਿਸ ਵਾਲੇ ਮੁਲਾਜ਼ਮ ਲਾ ਕੇ ਬੈਠੇ ਸੀ, ਉਹਨਾਂ ਨਾਕਿਆਂ ਦੇ ਵਿੱਚੋਂ ਦੀ ਇਹ ਜਿਹੜੇ ਆ ਸਾਰੇ ਗੁੰਡਾ ਗਰੋਹ ਆ ਜਿਹੜਾ ਲੰਘ ਕੇ ਆਏ ਆ, ਅਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਸਾਡੀਆਂ ਮਾਤਾਵਾਂ ਭੈਣਾਂ ਜਿਹੜੀ ਸ਼ਾਂਤਮਈ ਉੱਥੇ ਅੰਦੋਲਨ ਕਰ ਰਹੇ ਸੀ ਦਿੱਲੀ ਬਾਰਡਰ ਉੱਤੇ, ਉਹਨਾਂ ਦੇ ਜਿਹੜੀਆਂ ਵਾ ਸੱਟਾਂ ਮਾਰ ਦਿੱਤੀਆਂ। ਉਸ ਵਿਰੋਧ ਦੇ ਵਿੱਚ ਅੱਜ ਅਮਿਤ ਸ਼ਾਹ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਅਮਨ ਡਵਾਸ ਅਤੇ ਪ੍ਰਦੀਪ ਖੱਤਰੀ ਜੀ ਦਾ ਪੁਤਲਾ ਜਿਹੜਾ ਵਾ ਸੀ ਉਹ ਉਸਮਾ ਟੋਲ ਪਲਾਜੇ ਤੇ ਜਿਹੜਾ ਵਾ ਫੂਕ ਰਹੇ ਹਾਂ। ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਭਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੁਤਲੇ ਜਿਹੜੇ ਆ ਉਹ ਫੂਕੇ ਜਾਣਗੇ। ਅਤੇ ਦੱਸਣਾ ਚਾਹੁੰਦੇ ਹਾਂ ਸੈਂਟਰ ਦੀ ਮੋਦੀ ਸਰਕਾਰ ਨੂੰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿ ਆ ਰਹੇ ਹਾਂ ਫਿਰ 13 ਤਰੀਕ ਨੂੰ ਦਿੱਲੀ ਦੇ ਵਿੱਚ, ਜੋ ਤੁਸੀਂ ਕਰ ਰਹੇ ਜੇ ਨੌਜਵਾਨੀ ਤੇ ਜਿਹੜਾ ਵਾ ਬਹੁਤ ਵੱਡਾ ਹਮਲਾ ਜਿਹੜਾ ਤੁਸੀਂ ਕਰ ਰਹੇ ਜੇ, ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਆਮ ਲੋਕਾਂ ਦੇ, ਉਹਨਾਂ ਨੂੰ ਤੁਸੀਂ ਜਿਹੜਾ ਵਾ ਭੜਕਾਉਣ ਕਰਕੇ, ਲੋਕਾਂ ਦਾ ਧਿਆਨ ਡਿਵਰਟ ਕਰਨ ਦਾ ਕਰਕੇ ਜਿਹੜਾ ਵਾ ਤੁਸੀਂ ਇਹੋ ਜਿਹੇ ਕੰਮ ਜਿਹੜੇ ਕਰ ਰਹੇ ਜੇ, ਨੌਜਵਾਨੀ ਤੇ ਹਮਲਾ ਵਾ। ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਭਾਨੇ ਸਿੱਧੂ ਦੀ, ਕਿਉਂਕਿ ਉਹ ਵੀ ਇੱਕ ਨੌਜਵਾਨ ਆ, ਬਿਨਾਂ ਕਸੂਰ ਤੋਂ ਜੇਲ੍ਹਾਂ ਦੇ ਵਿੱਚ ਉਹਨੂੰ ਸੁੱਟ ਦਿੱਤਾ ਗਿਆ। ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਜਿਹੜੀ ਆ ਨਿਖੇਧੀ ਕਰਦੇ ਹਾਂ, ਅਤੇ ਹੁਣ ਜਿਹੜਾ ਵਾ ਜਿਹੜੇ ਉਹ ਗੁੰਡੇ ਆ RSS ਦੇ ਗੁੰਡੇ ਹੋਣ, ਭਾਜਪਾ ਦੇ ਗੁੰਡੇ ਹੋਣ, ਉਹਨਾਂ ਦਾ ਪੁਤਲਾ ਜਿਹੜਾ ਵਾ ਫੂਕ ਰਹੇ ਹਾਂ। ਲਓ ਜੀ, ਲੋਕ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ, ਮੋਦੀ ਅਬਾਨੀ ਅਡਾਨੀ ਮੁਰਦਾਬਾਦ, ਲੋਕ ਏਕਤਾ ਜਿੰਦਾਬਾਦ, ਲੋਕਾਂ ਦਾ ਏਕਾ ਜਿੰਦਾਬਾਦ, ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਦੇ ਤਸ਼ੱਦਦ ਕਰਨ ਵਾਲੇ ਦਾ ਬੇੜਾ ਹੀ ਗਰਕਾ, ਲੋਕ ਏਕਤਾ ਜਿੰਦਾਬਾਦ। ਸਰਕਾਰਾਂ ਤੋਂ ਨਾ ਚਾਹ ਕਰੋ, ਆਪਣੀ ਰਾਖੀ ਦੀ ਕਰੋ ਤਿਆਰੀ, ਲੋਕ ਏਕਤਾ ਜਿੰਦਾਬਾਦ, ਭਾਜਪਾ ਦੇ ਗੁੰਡੇ ਮੁਰਦਾਬਾਦ, ਕਿਸਾਨਾਂ ਮਜ਼ਦੂਰਾਂ ਦੇ ਤਸ਼ੱਦਦ ਕਰਨ ਵਾਲੇ ਦਾ ਬੇੜਾ ਹੀ ਗਰਕ, ਲੋਕ ਏਕਤਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਜਿੰਦਰ ਸਿੰਘ ਸ਼ਕਰੀ, ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਦੱਸਣਾ ਚਾਹੁੰਦੇ ਹਾਂ ਕਿ 10 ਜਨਵਰੀ 2024 ਨੂੰ ਜਿਹੜਾ
ਉਸਮਾ ਟੋਲ ਪਲਾਜ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਦਿੱਤਾ ਗਿਆ ਸੀ, ਜਿਹਦੇ ਵਿੱਚ ਬਹੁਤ ਸਾਡੀਆਂ ਅਹਿਮ ਮੰਗਾਂ ਸੀ, ਜਿਹਦੇ ਵਿੱਚ ਚਿਤਾਲਿਆਂ ਵਾਲਾ ਜਿਹੜਾ ਸਰਵਿਸ ਰੋਡ ਬਣਾਉਣ ਦੀ ਗੱਲ, ਨਾਲ ਜਿਹੜਾ ਵਾ ਉਸਮੇ ਵਾਲਾ ਕੱਟ ਵਾ ਉਹ ਜਿਹੜਾ ਪਿੰਡ ਨੂੰ ਕੱਟ ਦੇਣ ਦੀ ਗੱਲ ਸੀ, ਨਾਲ ਜਿਹੜਾ ਦੁਗਲ ਵਾਲੇ ਵਾਲਾ ਮੋੜ ਆ ਉਸ 'ਤੇ ਕੱਟ ਦੇਣ ਦੀ ਗੱਲ ਸੀ, ਨਾਲ ਬਾਥਰੂਮ ਨਾਲ ਜਿਹੜੀਆਂ ਰੋਡ ਦੇ ਉੱਤੇ ਲਾਈਟਾਂ ਇਹਨਾਂ ਨੂੰ ਚਾਲੂ ਕਰਨ ਦੀ ਮੰਗ ਸੀ, ਅਤੇ ਨਾਲ ਜਿਹੜਾ ਵਾ ਪਿੰਡ ਰੂੜੇ ਹਾਸਲ ਦੇ ਵਿੱਚ ਜਿਹੜਾ ਪਰਚੇ ਕੀਤੇ ਗਏ ਸਾਡੇ ਕਿਸਾਨ ਮਜ਼ਦੂਰ ਆਗੂਆਂ 'ਤੇ, ਜੋ ਕਿ ਬਿਲਕੁਲ ਨਜਾਇਜ਼ ਧੱਕੇਸ਼ਾਹੀ ਦੇ ਨਾਲ ਜਿਹੜਾ ਵਾ ਪਰਚੇ ਕੀਤੇ ਗਏ ਆ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਸੀ, ਨਾਲ ਜਿਹੜਾ ਵਾ 21 ਸਤੰਬਰ ਨੂੰ ਜਿਹੜਾ ਅਸੀਂ ਚੰਡੀਗੜ੍ਹ ਦੀ ਕਾਲ ਦਿੱਤੀ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਸਾਡੇ ਕਿਸਾਨ ਆਗੂਆਂ ਦੀਆਂ ਕੰਧਾਂ ਟੱਪ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ, ਉਸ ਦੇ ਵਿਰੋਧ ਦੇ ਵਿੱਚ ਅਸੀਂ ਪੰਜਾਬ ਭਰ ਦੇ ਵਿੱਚ ਜਿਹੜਾ ਵਾ ਟੋਲ ਜਿਹੜੇ ਆ ਬੰਦ ਕੀਤੇ ਸੀ, ਅਤੇ ਉਸਮਾ ਟੋਲ ਦੇ ਉੱਤੇ ਜਿਹੜੇ ਸਾਡੇ ਅਗਵਾਈ ਕਰ ਰਹੇ ਆਗੂ ਸੀ ਉਹਨਾਂ ਦੇ ਨਾਮਜ਼ਦਗੀ ਪਰਚੇ ਨਾਲ ਸਾਡੀਆਂ ਮਾਤਾਵਾਂ ਭੈਣਾਂ ਅਤੇ ਕਿਸਾਨਾਂ ਮਜ਼ਦੂਰਾਂ 'ਤੇ 450 ਤੋਂ 500 ਆਣ ਪਛਾਤਿਆਂ 'ਤੇ ਜਿਹੜੇ ਇਹਨਾਂ ਪਰਚੇ ਕਰਤੇ, ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ 10 ਜਨਵਰੀ 2024 ਨੂੰ ਬੈਠੇ ਸੀ, ਜਿਹਦੇ ਵਿੱਚ DSP ਗੋਂਦਵਾਲ ਰਵੀ ਸ਼ੇਰ ਸਿੰਘ ਜੀ, ਸਰਿਆਲੀ ਥਾਣਾ ਦੇ SHO ਕਵਲਜੀਤ ਰਾਏ ਜੀ ਅਤੇ ਚੌਂਕੀ ਇੰਚਾਰਜ ਨਸ਼ਹਿਰਾ ਪੰਨੂਆ ਜੀ, ਨਾਲ ਜਿਹੜੇ ਆ ਸਾਡੇ ਤਹਿਸੀਲਦਾਰ ਮੈਡਮ ਸਾਡੇ ਭੈਣ ਜੀ ਰੋਬਨਜੀਤ ਕੌਰ, ਜਿਨ੍ਹਾਂ ਨੇ ਮੌਕੇ 'ਤੇ ਵਿਸ਼ਵਾਸ ਦਵਾਇਆ ਕਿ 1 ਹਫ਼ਤੇ ਦੇ ਅੰਦਰ ਜਿਹੜੀਆਂ ਲਾਈਟਾਂ ਜਗ ਜਾਣਗੀਆਂ, 1 ਹਫ਼ਤੇ ਦੇ ਅੰਦਰ ਜਿਹੜਾ ਵਾ ਬਾਥਰੂਮ ਚਾਲੂ ਹੋ ਜਾਣਗੇ, ਅਤੇ ਜਿਹੜਾ ਵਾ ਅਸੀਂ ਜਨਵਰੀ ਦੇ ਵਿੱਚ ਚਿਤਾਲਿਆਂ ਵਾਲੇ ਰੋਡ ਦਾ ਕੰਮ ਚਾਲੂ ਕਰਕੇ ਅਤੇ ਜਿਹੜਾ ਵਾ ਅਸੀਂ 20 ਫਰਵਰੀ ਤੱਕ ਜਿਹੜਾ ਵਾ ਕੰਮ ਨੂੰ ਕੰਪਲੀਟ ਕਰ ਦਿਆਂਗੇ। ਸੋ ਦੱਸਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ, ਆ ਟੋਲ ਮੁਲਾਜ਼ਮਾਂ ਜਿਹੜੇ ਆ ਜਿੰਨੇ ਵੀ ਅਧਿਕਾਰੀਆਂ ਨੂੰ ਦੱਸਣਾ ਚਾਹੁੰਦੇ ਹਾਂ, NHAI ਟੀਮ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਵੀ ਜਿਹੜੀਆਂ ਤੁਸੀਂ ਮੰਗਾਂ ਜਿਹੜੀਆਂ ਸਾਡੀਆਂ ਮੰਨੀਆਂ ਸੀ, ਕੋਈ ਵੀ ਅਜੇ ਕੰਮ ਨਾ ਤਾਂ ਚਿਤਾਲੇ ਵਾਲਾ ਸ਼ੁਰੂ ਕੀਤਾ, ਨਾ ਕੋਈ ਦੁਗਲ ਵਾਲੇ ਮੋੜ ਵਾਲਾ, ਨਾ ਰੂੜੇ ਹਾਸਲ ਦੇ ਜਿਹੜੇ ਆ ਪਰਚੇ ਜਿਹੜੇ 30 ਤਰੀਕ ਤੱਕ ਰੱਦ ਕਰਨੇ ਸੀ, ਨਾ ਉਹਦੇ ਉੱਤੇ ਕੋਈ ਗੱਲ ਆ। ਦੱਸਣਾ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਸਾਡੀ ਜਿਹੜੀ ਆ 31 ਤਰੀਕ ਨੂੰ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਸਾਡੀ ਰੱਖੀ ਹੋਈ ਆ, ਉਹਦੇ ਵਿੱਚ ਜਿਹੜਾ ਵਾ ਅਸੀਂ ਅਹਿਮ ਫੈਸਲੇ ਲਵਾਂਗੇ। ਜੇ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ, ਰੂੜੇ ਹਾਸਲ ਵਾਲੇ ਜਿਹੜੇ ਆ ਪਰਚੇ ਨਾ ਰੱਦ ਕੀਤੇ ਗਏ 30 ਤਰੀਕ ਤੱਕ, ਜਾਂ ਸਾਡਾ ਜਿਹੜਾ ਵਾ ਕਿਉਂਕਿ ਅੱਜ ਕੱਲ੍ਹ ਨੂੰ 30 ਤਰੀਕ ਆ, ਕੱਲ੍ਹ ਤੱਕ ਜਿਹੜਾ ਵਾ ਇਹਨਾਂ ਦਾ ਵਾਅਦਾ ਸੀ, ਜਾਂ ਜਿਹੜਾ ਵਾ ਇੱਥੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਸਾਡੀਆਂ ਮਾਤਾਵਾਂ ਭੈਣਾਂ ਦੇ ਜਿਹੜੇ 450 ਤੋਂ 500 ਦੇ ਕਰੀਬ ਪਰਚੇ ਪਾਤੇ ਸੀ ਉਹ ਰੱਦ ਨਾ ਕੀਤੇ ਗਏ, ਅਤੇ ਅਸੀਂ ਤੁਰੰਤ ਜਿਹੜਾ ਵਾ ਆਪਣੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਵਾ ਫੈਸਲਾ ਲਵਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਪੂਰਨ ਤੌਰ 'ਤੇ ਜਿਹੜਾ ਵਾ ਉਸਮਾ ਟੋਲ ਪਲਾਜ਼ਾ ਜਿਹੜਾ ਵਾ ਇਹ ਰੋਡ ਟੋਲ ਜਿਹੜਾ ਵਾ ਫ੍ਰੀ ਕਰਾਂਗੇ। ਇਹਦੀ ਜ਼ਿੰਮੇਵਾਰੀ ਜਿਹੜੀ ਆ ਇਹ ਟੋਲ ਅਧਿਕਾਰੀਆਂ ਦੀ NHAI ਦੀ ਹੋਊਗੀ, ਜਾਂ ਜਿਹੜਾ ਵਾ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦਾ ਪ੍ਰਸ਼ਾਸਨ ਹੋਵੇ, ਚਾਹੇ ਉਹ ਮਾਲ ਅਧਿਕਾਰੀ ਹੋਣ, ਮਾਲ ਮਹਿਕਮੇ ਦੇ ਅਧਿਕਾਰੀ ਹੋਣ, ਜਾਂ ਉਹ ਪੁਲਿਸ ਪ੍ਰਸ਼ਾਸਨ ਹੋਵੇ, ਜਾਂ ਪੰਜਾਬ ਸਰਕਾਰ ਹੋਵੇ, ਉਹਦੀ ਹੋਵੇਗੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।